पंजाब सरकार का जनाजा उस समय आज निकलता हुआ नजर आया जब अमृतसर में चल रहे आंगनवाड़ी सेंटर को सड़क पर आकर अपना दफ्तर चलाना पड़ा। अमृतसर के छहरटा इलाके में गुरु नानक एवेन्यू में चल रहे आंगनवाड़ी सेंटर को आज उसके घर के मालिकों ने बाहर निकाल दिया और उनके ऑफिस पे ताला जड़ दिया। आम जनता की सहूलियत के लिए बने इस सेंटर को एक घर में चलाया जा रहा था और पिछले 2 साल से इसका किराया नहीं दिया गया था, जिसके कारण मकान मालिक ने कई बार किराए की मांग भी की, लेकिन प्रशासन की अत्यधिक तंगी से इन पैसों को नहीं दिया, जिससे दुखी होकर आज मकान के मालिक ने दफ्तर के ऊपर ताला जड़ दिया। मेरा नाम नीलम वर्मा है ते मैं शहर तो आई हाँ। पेंशन लगवान वास्ते, विधवा पेंशन वास्ते आई हाँ। इत्थे आई हाँ ते ताला वज्जिया है ते मैडमां सारी बाहर बैठिया ने, इन्हां नूं तनखाह नहीं दित्ती गई, 2 साल हो किराया नहीं दित्या गया, 2 साल हो गए, ते इन्हां दा भी ध्यान रख्या जावे ताकि साडा ध्यान रख सकन। मालकां ने बंद कीता होया है, ਇਹਨਾਂ ਨੂੰ ਕੋਈ ਪੈਸਾ ਨਹੀਂ ਮਿਲਿਆ, ਇਸ ਕਰਕੇ ਵਿਚਾਰੇ ਬਾਹਰ ਬੈਠੇ ਨੇ, ਮਾਲਕ ਦਾ ਕਿਰਾਇਆ ਨਹੀਂ ਮਿਲਿਆ। ਠੀਕ ਹੈ ਜੀ, ਮੈਂ ਅਨੀਤਾ ਜੂਨੀਅਰ ਸਹਾਇਕ ਅੰਮ੍ਰਿਤਸਰ ਅਰਬਨ 3 ਤੋਂ ਬੋਲਣ ਡੀ ਹਾਂ ਜੀ। ਸਾਡਾ ਜੀ ਮਕਾਨ ਮਾਲਕ ਵੱਲੋਂ ਦਫ਼ਤਰ ਨੂੰ ਤਾਲਾ ਲਾ ਦਿੱਤਾ ਗਿਆ ਜੀ, ਕਾਰਨ 2 ਸਾਲ ਹੋ ਗਿਆ ਜੀ, ਮਕਾਨ ਮਾਲਕ ਨੂੰ ਕਿਰਾਇਆ ਨਹੀਂ ਮਿਲਿਆ ਜੀ। ਉਹਨਾਂ ਨੇ ਸਾਨੂੰ ਨੋਟਿਸ ਵੀ ਕੱਢਿਆ ਹੈਗਾ, ਅਸੀਂ ਆਪਣੇ ਮੁੱਖ ਦਫ਼ਤਰ ਨੂੰ ਬਹੁਤ ਬੇਨਤੀਆਂ ਕੀਤੀਆਂ ਹੈਗੀਆਂ, ਲਿਖ ਕੇ ਵੀ ਪਾਇਆ ਹੈਗਾ ਜੀ, ਇਹਦੀ ਮਨਜ਼ੂਰੀ ਦਿੱਤੀ ਜਾਏ, ਪਰ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਜੀ। ਅਸੀਂ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਵੀ ਧਿਆਨ 'ਚ ਲਿਆਂਦਾ ਹੈਗਾ ਜੀ ਕਿ 2 ਸਾਲ ਤੋਂ ਕਿਰਾਇਆ ਨਹੀਂ ਮਿਲਿਆ ਰਿਹਾ ਸਾਨੂੰ, ਅੱਗੋਂ ਕੋਈ ਸੇਵਾ ਕੇਂਦਰ ਵਿੱਚ ਜਾਂ ਸਾਨੂੰ ਕਿਤੇ ਸ਼ਿਫਟ ਕੀਤਾ ਜਾਵੇ, ਪਰ ਉਸਦਾ ਕੋਈ ਹੱਲ ਨਹੀਂ ਹੋਇਆ ਜੀ। ਅੱਜ ਅਸੀਂ ਸੜਕ 'ਤੇ ਬੈਠੇ ਹਾਂ ਜੀ, ਜਿਹੜੇ ਪਬਲਿਕ ਆ ਰਹੀ ਆ, ਪੈਨਸ਼ਨਾਂ ਦੇ ਸੰਬੰਧ ਵਿੱਚ ਆ ਰਹੀ ਆ, ਵਿਧਵਾ ਆ ਰਹੀ ਆ, ਬਜ਼ੁਰਗ ਆ ਰਹੇ ਆ, ਸੜਕ 'ਤੇ ਬਹਿ ਕੇ ਉਹਨਾਂ ਦਾ ਅਸੀਂ ਕੰਮ ਦੇਖ ਰਹੇ ਹਾਂ, ਇਸ ਗੱਲ 'ਚ ਸਾਨੂੰ ਵੀ ਸ਼ਰਮ ਬਹੁਤ ਮਹਿਸੂਸ ਹੋ ਰਹੀ ਆ ਔਰ ਇਹਨਾਂ ਲੋਕਾਂ 'ਤੇ ਵੀ ਤਰਸ ਆ ਰਿਹਾ ਜੀ। ਸਰਕਾਰ ਨੂੰ ਕੀ ਮੈਸੇਜ ਦਿੰਦੇ? ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਜੀ, ਕਿਰਪਾ ਕਰਕੇ ਇਸ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਕਿ ਦਫ਼ਤਰ ਖੁੱਲ੍ਹ ਸਕੇ ਔਰ ਸਾਰੇ ਕੰਮ ਜਿਹੜੇ ਆ ਉਹ ਸਮੇਂ ਸਿਰ ਚੱਲ ਸਕਣ। ਇਸ ਜਗ੍ਹਾ ਕਿਹੜੀ ਜਗ੍ਹਾ 'ਤੇ ਬੈਠ ਕੇ ਇਹਨਾਂ ਦਾ ਕੋਈ? ਇਸ ਵੇਲੇ ਅਸੀਂ ਸੜਕ ਦੇ ਉੱਤੇ ਗਲੀ ਵਿੱਚ ਹੀ ਬੈਠੇ ਹਾਂ ਜੀ, ਗੁਰੂ ਨਾਨਕ ਐਵੇਨਿਊ ਜਿੱਥੇ ਇਹ ਬਿਲਡਿੰਗ ਹੈਗੀ ਹੈ ਜੀ, ਉਹਦੇ ਬਾਹਰ ਸੜਕ 'ਤੇ ਬੈਠੇ ਹਾਂ ਜੀ ਅਸੀਂ। ਮੈਂ ਅਨੀਤਾ ਕੁਮਾਰੀ ਜੂਨੀਅਰ ਸਹਾਇਕ ਅੰਮ੍ਰਿਤਸਰ ਅਰਬਨ 3। ਹਾਂਜੀ, ਕੀ ਮਸਲਾ ਸਾਰਾ, ਕਿਉਂ ਲੋਕ ਲੱਗਣ ਜੀ? ਮਸਲਾ ਇਸ ਤਰ੍ਹਾਂ ਜੀ, ਅਸੀਂ ਕੱਲ੍ਹ ਤਾਂ 5 ਵਜੇ ਪੂਰੇ ਦਫ਼ਤਰ ਬੰਦ ਕਰਕੇ ਗਏ ਹਾਂ ਜੀ, ਸਵੇਰੇ ਆ ਕੇ ਜਦੋਂ 9 ਵਜੇ ਖੁੱਲ੍ਹਣ ਲੱਗੇ ਹਾਂ ਤਾਂ ਪਹਿਲਾਂ ਉੱਪਰ ਤਾਲਾ ਲੱਗਾ ਹੋਇਆ। ਇਹ ਜਾਪਦਾ ਹੈਗਾ ਕਿ ਮਾਲਕ ਮਕਾਨ ਤਾਲਾ ਲਾ ਗਿਆ, ਕਿਉਂਕਿ ਉਹਨਾਂ ਨੂੰ 2 ਸਾਲ ਤੋਂ ਕਿਰਾਏ ਦੀ ਮਨਜ਼ੂਰੀ ਨਹੀਂ ਸਾਨੂੰ ਆ ਰਹੀ ਜੀ ਹੈੱਡਕੁਆਟਰ ਸਾਹਿਬ ਤੋਂ। ਅਸੀਂ ਬਹੁਤ ਵਾਰੀ ਚਿੱਠੀਆਂ ਲਿਖ ਕੇ ਪਾ ਚੁੱਕੇ ਹਾਂ, ਪਰ ਸਾਨੂੰ ਕੋਈ ਵੀ ਅਜੇ ਤੱਕ ਮਨਜ਼ੂਰੀ ਨਹੀਂ ਆਈ। ਉਹਨਾਂ ਨੇ ਨੋਟਿਸ ਵੀ ਸਾਨੂੰ ਕੱਢਿਆ ਆ, ਅਸੀਂ ਇਹ ਨੋਟਿਸ ਡਿਪਟੀ ਸਾਹਿਬ ਦੇ ਧਿਆਨ 'ਚ ਵੀ ਲਿਆਂਦਾ, ਪਰ ਉਹਦਾ ਕੋਈ ਹੱਲ ਨਹੀਂ ਹੋਇਆ ਜੀ। ਅੱਜ ਅਸੀਂ ਬਾਹਰ ਖੜ੍ਹੇ ਹਾਂ। ਇਹ ਕਿਹੜਾ ਆਫਿਸ ਆ ਤਾਂ? ਮੇਨ ਆਫਿਸ ਆ ਜੀ ਇਹ ਸਾਰਾ? ਇਹ ਬਾਲ ਵਿਕਾਸ ਪ੍ਰੋਜੈਕਟ ਅਫਸਰ ਅੰਮ੍ਰਿਤਸਰ ਅਰਬਨ 3 ਬਲਾਕ ਦਾ ਦਫ਼ਤਰ ਆ ਜੀ। ਇਹ ਬਲਾਕ ਲੈਵਲ ਦਾ ਸਾਡੇ ਅੰਮ੍ਰਿਤਸਰ 'ਚ 3 ਦਫ਼ਤਰ ਹੈਗੇ ਆ ਜੀ। ਇਹ 3 ਹੈਗਾ ਜੀ। ਅੰਮ੍ਰਿਤਸਰ ਅਰਬਨ 1 ਮਜੀਠਾ ਰੋਡ 'ਤੇ ਆ ਜੀ, ਅੰਮ੍ਰਿਤਸਰ ਅਰਬਨ 2 ਪਹਿਲਾਂ ਤਾਂ ਮਜੀਠਾ ਰੋਡ 'ਤੇ ਇਸ ਤਰ੍ਹਾਂ ਪ੍ਰਾਈਵੇਟ ਕੋਠੀ 'ਚ ਲੱਗਦਾ ਸੀ, ਉਹਨਾਂ ਦਾ ਵੀ ਕੋਈ ਝਗੜਾ ਸੀਗਾ ਤਾਂ ਉਹਨਾਂ ਨੇ ਹੁਣ ਉਹਨੂੰ ਚੁੱਕ ਕੇ ਅਤੇ ਚਿਲਡਰਨ ਵਾਰਡ ਹੋਸਪਿਟਲ ਜਿਹੜੀ ਪੁਰਾਣੀ ਸੀਗੀ ਉਹਦੇ ਵਿੱਚ ਸ਼ਿਫਟ ਕੀਤਾ ਹੈ ਜੀ। ਤੀਸਰਾ ਸਾਡਾ ਇਹ ਹੈ ਜੀ। ਹਾਂਜੀ, ਹੋਰ ਵੀ ਜਗ੍ਹਾ 'ਤੇ ਜਿੰਦਰਾ ਵੱਜਿਆ ਜੀ ਉਹਨਾਂ ਦਾ? ਹਾਂਜੀ, ਅਰਬਨ 2 ਦੇ ਦਫ਼ਤਰ ਦੇ ਵਿੱਚ ਵੀ ਇਸ ਤਰ੍ਹਾਂ ਪ੍ਰਾਈਵੇਟ ਬਿਲਡਿੰਗ 'ਚ ਸੀਗਾ ਜੀ, ਉਹਨਾਂ ਦੀ ਵੀ ਮਨਜ਼ੂਰੀ ਨਹੀਂ ਆਈ, ਉਹਨਾਂ ਦੇ ਵੀ ਮਾਲਕ ਮਕਾਨ ਉਹਨਾਂ ਨੇ ਜਿੰਦਰਾ ਮਾਰ ਲਿਆ ਸੀ। ਉਸ ਤੋਂ ਬਾਅਦ ਉਹ ਵੀ ਬਹੁਤ ਖੱਜਲ ਖੁਆਰ ਹੋ ਕੇ ਫਿਰ ਉਹ ਵੀ ਕਿਸੇ ਦੂਸਰੀ ਬਿਲਡਿੰਗ 'ਚ ਸ਼ਿਫਟ ਕਰ ਦਿੱਤਾ ਗਿਆ, ਪਰ ਉਹਦਾ ਵੀ ਕੋਈ ਹੱਲ ਨਹੀਂ ਹੋਇਆ ਜੀ। ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜੀ ਬਾਹਰ ਬੈਠ ਕੇ? ਬਹੁਤ ਔਖਾ ਮਹਿਸੂਸ ਹੋ ਰਿਹਾ ਜੀ, ਸ਼ਰਮ ਮਹਿਸੂਸ ਹੋ ਰਹੀ ਆ, ਆਉਂਦੇ ਜਾਂਦੇ ਦੇਖ ਰਹੇ ਆ ਕਿ ਬੀਬੀਆਂ ਬਾਹਰ ਖੜੀਆਂ ਆ ਜੀ। ਤੇ ਸਰਕਾਰ ਨੂੰ ਕੀ? ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੀ ਕਿ ਜਿੰਨਾ ਚਿਰ ਕੋਈ ਸਾਡੇ ਦਫ਼ਤਰ ਵਾਸਤੇ ਕੰਪਲੈਕਸ ਵਗੈਰਾ ਸਰਕਾਰੀ ਨਹੀਂ ਬਣਾਏ ਜਾਂਦੇ, ਉਹਨਾਂ ਚਿਰ ਸਾਡੀ ਪ੍ਰਾਈਵੇਟ ਬਿਲਡਿੰਗਾਂ ਨੂੰ ਕਿਰਾਏ ਦੀ ਮਨਜ਼ੂਰੀ ਦਿੱਤੀ ਜਾਵੇ ਜੀ। ਕਿੰਨਾ ਕਿਰਾਇਆ ਦਿੰਦਾ ਤੋਂ ਨੋਲੇਜ ਹੈਗਾ ਜੀ, 1 ਮਹੀਨੇ ਦਾ ਕਿੰਨਾ ਕਿਰਾਇਆ ਸੀ ਇਹਦਾ? ਇਹ ਕਿਰਾਇਆ 6,600 ਰੁਪਈਆ ਪਰ ਮੰਥ ਆ ਰਿਹਾ ਸੀਗਾ ਜੀ। ਕਿੰਨੀ ਦੇਰ ਤੋਂ ਨਹੀਂ ਆ ਰਿਹਾ? 2 ਸਾਲ ਤੋਂ ਨਹੀਂ ਆ ਰਿਹਾ ਜੀ, ਇਹ 17 ਜੁਲਾਈ ਤੋਂ ਲੈ ਕੇ ਹੁਣ ਤੱਕ ਨਹੀਂ ਜੀ ਆ ਰਿਹਾ।